ਮਿਸਾਲ ਦੇਣਾ ਚਾਹੁੰਦਾ ਹੈ। ਮੁਸਲਿਮ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ। 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ, ਪਰ ਜੇ ਤੁਸੀਂ, ਮੈਂ ਪਾਰਲੀਮੈਂਟ ਦੇਖ ਰਿਹਾ ਸੀ, ਜੰਮੂ ਤੋਂ ਲੈ ਕੇ ਹੈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨੁਮਾਇੰਦਾ ਨਹੀਂ ਹੈ। ਕਾਰਨ ਏਕਤਾ ਨਹੀਂ ਹੈ, ਇੱਕ ਝੰਡੇ ਥੱਲੇ ਇਕੱਠੇ ਨਹੀਂ ਹੈ, ਇੱਕ ਉਹਨਾਂ ਦੀ ਪਾਰਟੀ ਨਹੀਂ ਹੈ, ਵੰਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ। ਕਈ ਅਜਿਹੇ ਹਲਕੇ ਹੈ ਆਪਣੇ ਇੱਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਿਟੀ ਹੈ, ਪਰ ਏਕਤਾ ਨਾ ਹੋਣ ਕਰਕੇ ਉਹਨਾਂ ਦੇ ਨੁਮਾਇੰਦੇ ਜਿੱਤੇ। ਤੇ ਹੋ ਕੀ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਹੁਣ ਬਾਬਰੀ ਮਸਜਿਦ ਤੇ ਹਮਲੇ ਹੋ ਗਏ, ਕੁਛ ਵੀ ਹੋਇਆ, ਉਹਨਾਂ ਨੂੰ ਫਿਰ ਵੀ ਕੋਈ ਉਸ ਗੱਲ ਦਾ ਉਹ ਲੜਾਈ ਲੜ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ। ਆਪਾਂ 2% ਹੈ, ਪਰ ਆਪਣੀ ਵੱਡੀ ਤਾਕਤ ਆਪਾਂ ਸਾਰੀ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਇਕੱਠੀ ਹੈ। ਆਪਣੀ ਇੱਕ ਪਾਰਲੀਮੈਂਟ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸਿੱਖ ਕੌਮ ਨੂੰ ਇਕੱਠਾ ਕਰਕੇ ਉਹਨਾਂ ਦੇ ਫੈਸਲੇ ਕਰਦੀ ਹੈ। ਪਰ ਮੈਂ ਬੇਨਤੀ ਕਰਦਾ, ਆਹ ਜਿਹੜੀਆਂ ਤਾਕਤਾਂ ਦੂਜੀਆਂ ਵਿਰੋਧੀਆਂ, ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਕੌਮ ਨੂੰ ਫਿਰ ਤੋਂ ਬਖੇੜਿਆ ਜਾਏ, ਲਾਲਚ ਦੇ ਕੇ, ਇਹਦੀਆਂ ਸਿਕਿਉਰਿਟੀਆਂ ਦੇ ਕੇ, ਬਿਜ਼ਨਸ ਦੀ ਹੈਲਪ ਕਰਕੇ ਉਹ ਕੋਸ਼ਿਸ਼ ਕਰਦੇ ਕਿ ਆਪਣੇ ਲੀਡਰਸ਼ਿਪ ਨੂੰ ਤੋੜਿਆ ਜਾਏ। ਪਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਪੂਰੇ ਪੰਜਾਬ ਵਿੱਚ, ਦੇਸ਼ ਵਿੱਚ ਸਿੱਖ ਸੰਗਤ ਇੱਕ ਮੰਚ ਆਇਆ ਕਿ ਕੌਮ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਸਮੁੱਚੇ ਖਾਲਸਾ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਥੱਲੇ ਇਕੱਠਾ ਕਰਨਾ ਪੈਣਾ ਹੈ। ਸ਼੍ਰੋਮਣੀ ਅਕਾਲੀ ਦਲ 103 ਸਾਲ ਪਹਿਲੇ ਬਣਾਈ ਗਈ ਸੀ। ਆਹ ਕੋਈ ਸਿਆਸੀ ਪਾਰਟੀ ਨਹੀਂ ਹੈ, ਆਹ ਇੱਕ ਸੋਚ ਹੈ, ਇਹ ਕੌਮ ਦੀ ਭਾਵਨਾ ਹੈ, ਕੌਮ ਦਾ ਦਿਲ ਹੈ। ਸ਼੍ਰੋਮਣੀ ਅਕਾਲੀ ਦਲ ਤਕੜਾ ਹੈ ਤੇ ਆਪਣੀ ਕੌਮ ਤਕੜੀ ਹੈ। ਤੁਸੀਂ ਦੇਖਿਆ ਹੋਣਾ ਆਪਣੀ ਕੌਮ ਤੇ ਹਮਲੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ, ਬਾਕੀ ਕਮੇਟੀਆਂ ਨੂੰ ਤੋੜਿਆ ਗਿਆ, ਆਪਣੇ ਵਿੱਚ ਵੰਡੀ ਪਾਈ ਗਈ, ਆਪਣੇ ਵਿੱਚ ਹਲੇ ਤੱਕ 84 ਦੇ ਅਗਲੇ ਸਾਲ 40 ਸਾਲ ਹੋ ਜਾਣਗੇ, ਕੋਈ ਇਨਸਾਫ਼ ਨਹੀਂ ਮਿਲਿਆ। ਤਾਂ ਹੀ ਸਾਰਾ ਚੀਜ਼ ਮਿਲ ਗਿਆ ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਆਪਾਂ ਇਕੱਠੇ ਹਾਂ। ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਆਪਾਂ ਅੱਜ ਤੋਂ ਜਿਹੜੀ ਸ਼ੁਰੂਆਤ ਦਿੱਲੀ 'ਚ ਹੋਈ ਹੈ, ਉਹਦੇ ਬਾਅਦ ਮੈਨੂੰ ਪੰਜਾਬ ਤੋਂ ਵੀ ਬੜੇ ਸੁਨੇਹ ਆ ਰਹੇ ਹੈ ਕਿ ਆਪਾਂ ਬਹੁਤ ਲੋਕ ਇਕੱਠੇ ਹੋ ਕੇ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹੈ। ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ। ਦੂਜੀ ਗੱਲ, ਹੁਣੇ ਜਥਾ ਆਇਆ ਬੰਬੇ ਤੋਂ, ਜਥਾ ਆਇਆ ਪਟਨਾ ਸਾਹਿਬ ਤੋਂ, ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਹਰ ਸਟੇਟ ਵਿੱਚ ਅਸੀਂ ਬਣਾਈ ਜਾਊਗੀ। ਤੇ ਮੈਨੂੰ ਲੱਗਦਾ 30 ਤਰੀਕ ਨੂੰ ਤਾਂ ਟਾਈਮ ਫਿਕਸ ਕੀਤਾ ਅਸੀਂ ਬੰਬੇ ਵਿੱਚ, ਅਸੀਂ ਕਮੇਟੀ ਬਣਾ ਕੇ ਉੱਥੇ ਭੇਜਾਂਗੇ। ਬਾਕੀ ਅਸੀਂ ਸਾਰੀ ਸਟੇਟਾਂ 'ਚ ਦੇਖੋ, ਜਿੱਥੇ ਵੀ ਕਿਸੇ ਸਿੱਖ ਭੈਣ ਭਰਾ ਨੂੰ ਹਿੰਦੁਸਤਾਨ ਵਿੱਚ ਸਮੱਸਿਆ ਹੁੰਦੀ ਹੈ, ਉਹ ਸਿੱਧੇ ਟੈਲੀਫੋਨ ਦਾਸ ਨੂੰ ਕਰਦੇ ਆ, ਅਸੀਂ ਉਹਨਾਂ ਦੀ ਹੱਲ ਕਰਾਉਣੇ ਆ। ਪਿੱਛੇ ਜੇ ਆਪਣੇ ਉਤਰਾਂਚਲ ਵਿੱਚ ਆਪਣੇ ਸਿੱਖ ਭੈਣ ਭਰਾ ਜਿਹੜੇ ਬਾਦਪੁਰ ਫਤ, ਉਹਨਾਂ ਦੀ ਜ਼ਮੀਨਾਂ 'ਤੇ ਸਰਕਾਰ ਕਾਬਜ਼ ਹੋਣਾ ਚਾਹੁੰਦੀ ਸੀ, ਉਹ ਉਹਨਾਂ ਮੇਰੇ ਕੋਲ ਆਏ ਅਤੇ ਅਸੀਂ ਕੱਲ੍ਹ ਹੀ ਉੱਥੋਂ ਦੇ ਮੁੱਖ ਮੰਤਰੀ ਨਾਲ ਅਸੀਂ ਮਿਲੇ
ਤੇ ਉਹ ਹੱਲ ਕਰਾਇਆ। ਗੁਰਦੁਆਰਾ ਗਿਆਨ ਗੋਦਰੀ ਦਾ ਸਮੱਸਿਆ ਆਈ ਸੀ ਉਹ ਜ਼ਮੀਨ ਬਾਰੇ, ਅਸੀਂ ਗਏ ਤੇ ਉਹ ਵੀ ਹੱਲ ਕਰਾਇਆ। ਯੂਪੀ ਵਿੱਚ ਵੀ ਸਮੱਸਿਆ ਆਪਣੀ ਕਿਸਾਨਾਂ ਦੀ, ਜਿਹੜੇ ਸਿੱਖ ਗਏ ਸੀ ਉਹਨਾਂ ਨੂੰ ਵੀ ਉਹਨਾਂ ਜ਼ਮੀਨ ਲੈਣ ਲੱਗੇ ਸੀ, ਸਾਡੇ ਕੋਲ ਆਏ ਤੇ ਅਸੀਂ ਯੋਗੀ ਜੀ ਕੋਲ ਜਾ ਕੇ ਜਥਾ ਅਕਾਲੀ ਦਲ ਦਾ ਗਿਆ ਤੇ ਉਹਨਾਂ ਦੇ ਸਮੱਸਿਆ ਹੱਲ ਕਰਾਇਆ। ਸੋ ਮੇਰਾ ਕਹਿਣ ਦਾ ਭਾਅ ਹੈ, ਜੇ ਤੁਹਾਡੇ ਪੇਕੇ ਤਕੜੇ ਆ ਨਾ, ਸਹੁਰੇ ਘਰ ਵਾਲੇ ਪੂਰੀ ਸਤਿਕਾਰ ਕਰਦੇ ਆ, ਤੁਹਾਡਾ ਅਸਲੀ ਕਿੱਲਾ ਸ਼੍ਰੋਮਣੀ ਅਕਾਲੀ ਦਲ ਹੈ, ਇਹਨੂੰ ਮਜ਼ਬੂਤ ਰੱਖੋ, ਦੁਨੀਆਂ ਵਿੱਚ ਤੁਹਾਨੂੰ ਕੋਈ ਸਮੱਸਿਆ ਨਹੀਂ ਆਊਗੀ। ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ, ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਹੀ ਹੈ।